ਪਰ ਸਰਦਾਰ ਪ੍ਰਗਟ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ। ਉਹਨਾਂ ਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣ ਤੋਂ ਬਾਅਦ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਸਰਦਾਰ ਪ੍ਰਗਟ ਸਿੰਘ ਦਾ ਜਨਮ ਪਿੰਡ ਲਿਦੜਾਂ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਅਤੇ ਸਰਦਾਰ ਪ੍ਰਗਟ ਸਿੰਘ ਨੇ ਗੀਤਕਾਰ ਬਣਨ ਤੋਂ ਪਹਿਲਾਂ ਬਤੌਰ ਪੱਤਰਕਾਰ ਵੀ ਕੰਮ ਕੀਤਾ। ਪ੍ਰਗਟ ਸਿੰਘ ਦਾ ਮੁੰਡਾ ਸਟੈਲਨ ਵੀਰ, ਜੋ ਕਿ ਇੱਕ ਜਾਣਿਆ ਮਾਨਿਆ ਵੀਡੀਓ ਡਾਇਰੈਕਟਰ ਹੈ। ਗਾਇਕ ਹਰਜੀਤ ਹਰਮਨ ਨੇ ਜ਼ਿਆਦਾਤਰ ਗੀਤ ਪ੍ਰਗਟ ਸਿੰਘ ਦੇ ਲਿਖੇ ਹੀ ਗਾਏ ਅਤੇ ਹਰਜੀਤ ਹਰਮਨ ਦੀਆਂ ਕੁਛ ਐਲਬਮਸ ਇੱਦਾਂ ਦੀਆਂ ਸੀ ਜਿਹਦੇ 'ਚ ਸਾਰੇ ਦੇ ਸਾਰੇ ਗੀਤ ਪ੍ਰਗਟ ਸਿੰਘ ਨੇ ਲਿਖੇ। ਪ੍ਰਗਟ ਸਿੰਘ ਨੇ ਕਈ ਪੰਜਾਬੀ ਗੀਤ ਲਿਖੇ ਜਿਨ੍ਹਾਂ ਵਿੱਚੋਂ ਗੱਲ ਦਿਲ ਦੀ, ਦਸ ਸੱਜਣਾ, ਮਿੱਤਰਾਂ ਦਾ ਨਾਂ ਚੱਲਦਾ, ਫਸਲਾਂ ਦਾ ਨਾਂ ਪੁੱਛਦੀ ਵੀ ਸ਼ਾਮਿਲ ਹਨ। ਸਰਦਾਰ ਪ੍ਰਗਟ ਸਿੰਘ ਦਾ ਇਸ ਸੰਸਾਰ ਤੋਂ ਚੱਲ ਜਾਣ ਤੋਂ ਬਾਅਦ ਉਹਨਾਂ ਦੇ ਘਰਦਿਆਂ ਵਿੱਚ ਸ਼ੋਕ ਦੀ ਲਹਿਰ ਹੈ, ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਕੁਛ ਇਸ ਤਰ੍ਹਾਂ ਦਾ ਹੀ ਮਹਿਸੂਸ ਕਰ ਰਹੀ ਹੈ।